ਅੱਜ ਇੱਕ ਹੋਰ ਨਵਾਂ ਫੈਸਲਾ ਲਿਆ, ਐਂਬੂਲੈਂਸ ਸਾਰੀਆਂ ਅਤੇ SSF ਦੀਆਂ ਸਾਰੀਆਂ ਗੱਡੀਆਂ ਜਿੰਨੇ ਵੀ ਬਾਰਡਰਾਂ 'ਤੇ ਕਿਸਾਨ ਨੇ ਉੱਥੇ ਲਾਤੀਆਂ। ਅਤੇ ਸਾਡੇ ਕੋਲ 2 ਮੰਤਰੀ ਅਤੇ 1 MLA ਅੱਖਾਂ ਦੇ ਡਾਕਟਰ ਨੇ, ਸਪੈਸ਼ਲਿਸਟ ਨੇ। ਰਾਜਪੁਰੇ ਦੇ ਹਸਪਤਾਲ 'ਚ ਮੈਂ ਇੰਚਾਰਜ ਦੇ ਤੌਰ 'ਤੇ ਡਾਕਟਰ ਚਰਨਜੀਤ ਸਿੰਘ ਚੰਨੀ ਜੀ, ਜਿਹੜੇ ਚਮਕੌਰ ਸਾਹਿਬ ਤੋਂ ਨੇ, ਅੱਖਾਂ ਦੇ ਡਾਕਟਰ ਨੇ, ਉਹਨਾਂ ਦੀ ਡਿਊਟੀ ਲਾਈ ਹੈ ਕਿ ਤੁਸੀਂ ਇੱਥੇ ਇੰਚਾਰਜ ਰਹਿਣਾ। ਡਾਕਟਰ ਬਲਵੀਰ ਖੁਦ ਅੱਖਾਂ ਦੇ ਡਾਕਟਰ ਨੇ ਜਿਹੜੇ ਸਿਹਤ ਮੰਤਰੀ ਨੇ, ਉਹ ਪਟਿਆਲੇ 'ਚ ਰਹਿਣਗੇ। ਡਾਕਟਰ ਬਲਜੀਤ ਕੌਰ ਜਿਹੜੇ ਅੱਖਾਂ ਦੇ ਮੰਨੇ ਪਰਮੰਨੇ ਡਾਕਟਰ ਨੇ, ਉਹਨਾਂ ਦੀ ਡਿਊਟੀ ਮੈਂ ਪਾਤੜਾਂ ਅਤੇ ਖਨੌਰੀ ਲਾਈ ਹੈ, ਕਿਉਂਕਿ ਜ਼ਿਆਦਾਤਰ ਕੇਸ ਜਿਹੜੇ ਨੇ ਟੀਅਰ ਗੈਸ ਕਰਕੇ, ਅਥਰੂ ਗੈਸ ਦੇ ਗੋਲਿਆਂ ਕਰਕੇ ਅੱਖਾਂ ਦੇ ਆ ਰਹੇ ਨੇ। ਉਹ ਕਿਉਂਕਿ ਮੰਤਰੀ ਨੇ, MLA ਨੇ, ਉਹ ਡਿਸੀਜਨ ਲੈ ਸਕਦੇ ਨੇ, DC ਨੂੰ ਆਰਡਰ ਕਰ ਸਕਦੇ ਨੇ, SDM ਨੂੰ ਆਰਡਰ ਕਰ ਸਕਦੇ ਨੇ, CMO ਨੂੰ, SMO ਨੂੰ ਆਰਡਰ ਕਰ ਸਕਦੇ ਆ। ਅਸੀਂ ਉਹ ਉੱਥੇ ਉਹਨਾਂ ਦੀ ਡਿਊਟੀ ਲਾਤੀ, ਤਾਂ ਕਿ ਇਸ ਕਰਕੇ ਕਿਸੇ ਕਿਸਾਨ ਦੀ ਜਾਂ ਕਿਸੇ ਨੌਜਵਾਨ ਦੀ ਕੋਈ ਕੈਜੂਅਲਟੀ ਨਾ ਹੋਵੇ, ਕੋਈ ਨੁਕਸਾਨ ਨਾ ਹੋਵੇ, ਕਿ ਉਹ ਟਾਈਮ 'ਤੇ ਸੰਭਾਲਿਆ ਨਹੀਂ ਗਿਆ। ਅੱਜ ਇੱਕ ਹੋਰ ਨਵਾਂ ਫੈਸਲਾ ਲਿਆ, ਐਂਬੂਲੈਂਸ ਸਾਰੀਆਂ ਅਤੇ SSF ਦੀਆਂ ਸਾਰੀਆਂ ਗੱਡੀਆਂ ਜਿੰਨੇ ਵੀ ਬਾਰਡਰਾਂ 'ਤੇ ਕਿਸਾਨ ਨੇ ਉੱਥੇ ਲਾਤੀਆਂ। ਅਤੇ ਸਾਡੇ ਕੋਲ 2 ਮੰਤਰੀ ਅਤੇ 1 MLA ਅੱਖਾਂ ਦੇ ਡਾਕਟਰ ਨੇ, ਸਪੈਸ਼ਲਿਸਟ ਨੇ। ਰਾਜਪੁਰੇ ਦੇ ਹਸਪਤਾਲ 'ਚ ਮੈਂ ਇੰਚਾਰਜ ਦੇ ਤੌਰ 'ਤੇ ਡਾਕਟਰ ਚਰਨਜੀਤ ਸਿੰਘ ਚੰਨੀ ਜੀ, ਜਿਹੜੇ ਚਮਕੌਰ ਸਾਹਿਬ ਤੋਂ ਨੇ, ਅੱਖਾਂ ਦੇ ਡਾਕਟਰ ਨੇ, ਉਹਨਾਂ ਦੀ ਡਿਊਟੀ ਲਾਈ ਹੈ ਕਿ ਤੁਸੀਂ ਇੱਥੇ ਇੰਚਾਰਜ ਰਹਿਣਾ। ਡਾਕਟਰ ਬਲਵੀਰ ਖੁਦ ਅੱਖਾਂ ਦੇ ਡਾਕਟਰ ਨੇ ਜਿਹੜੇ ਸਿਹਤ ਮੰਤਰੀ ਨੇ, ਉਹ ਪਟਿਆਲੇ 'ਚ ਰਹਿਣਗੇ। ਡਾਕਟਰ ਬਲਜੀਤ ਕੌਰ ਜਿਹੜੇ ਅੱਖਾਂ ਦੇ ਮੰਨੇ ਪਰਮੰਨੇ ਡਾਕਟਰ ਨੇ, ਉਹਨਾਂ ਦੀ ਡਿਊਟੀ ਮੈਂ ਪਾਤੜਾਂ ਅਤੇ ਖਨੌਰੀ ਲਾਈ ਹੈ, ਕਿਉਂਕਿ ਜ਼ਿਆਦਾਤਰ ਕੇਸ ਜਿਹੜੇ ਨੇ ਟੀਅਰ ਗੈਸ ਕਰਕੇ, ਅਥਰੂ ਗੈਸ ਦੇ ਗੋਲਿਆਂ ਕਰਕੇ ਅੱਖਾਂ ਦੇ ਆ ਰਹੇ ਨੇ। ਉਹ ਕਿਉਂਕਿ ਮੰਤਰੀ ਨੇ, MLA ਨੇ, ਉਹ ਡਿਸੀਜਨ ਲੈ ਸਕਦੇ ਨੇ, DC ਨੂੰ ਆਰਡਰ ਕਰ ਸਕਦੇ ਨੇ, SDM ਨੂੰ ਆਰਡਰ ਕਰ ਸਕਦੇ ਨੇ, CMO ਨੂੰ, SMO ਨੂੰ ਆਰਡਰ ਕਰ ਸਕਦੇ ਆ। ਅਸੀਂ ਉਹ ਉੱਥੇ ਉਹਨਾਂ ਦੀ ਡਿਊਟੀ ਲਾਤੀ, ਤਾਂ ਕਿ ਇਸ ਕਰਕੇ ਕਿਸੇ ਕਿਸਾਨ ਦੀ ਜਾਂ ਕਿਸੇ ਨੌਜਵਾਨ ਦੀ ਕੋਈ ਕੈਜੂਅਲਟੀ ਨਾ ਹੋਵੇ, ਕੋਈ ਨੁਕਸਾਨ ਨਾ ਹੋਵੇ, ਕਿ ਉਹ ਟਾਈਮ 'ਤੇ ਸੰਭਾਲਿਆ ਨਹੀਂ ਗਿਆ। ਅੱਜ ਇੱਕ ਹੋਰ ਨਵਾਂ ਫੈਸਲਾ ਲਿਆ, ਐਂਬੂਲੈਂਸ ਸਾਰੀਆਂ ਅਤੇ SSF ਦੀਆਂ ਸਾਰੀਆਂ ਗੱਡੀਆਂ ਜਿੰਨੇ ਵੀ ਬਾਰਡਰਾਂ 'ਤੇ ਕਿਸਾਨ ਨੇ ਉੱਥੇ ਲਾਤੀਆਂ। ਅਤੇ ਸਾਡੇ ਕੋਲ 2 ਮੰਤਰੀ ਅਤੇ 1 MLA ਅੱਖਾਂ ਦੇ ਡਾਕਟਰ ਨੇ, ਸਪੈਸ਼ਲਿਸਟ ਨੇ। ਰਾਜਪੁਰੇ ਦੇ ਹਸਪਤਾਲ 'ਚ ਮੈਂ ਇੰਚਾਰਜ ਦੇ ਤੌਰ 'ਤੇ ਡਾਕਟਰ ਚਰਨਜੀਤ ਸਿੰਘ ਚੰਨੀ ਜੀ, ਜਿਹੜੇ ਚਮਕੌਰ ਸਾਹਿਬ ਤੋਂ ਨੇ, ਅੱਖਾਂ ਦੇ ਡਾਕਟਰ ਨੇ, ਉਹਨਾਂ ਦੀ ਡਿਊਟੀ ਲਾਈ ਹੈ ਕਿ ਤੁਸੀਂ ਇੱਥੇ ਇੰਚਾਰਜ ਰਹਿਣਾ। ਡਾਕਟਰ ਬਲਵੀਰ ਖੁਦ ਅੱਖਾਂ ਦੇ ਡਾਕਟਰ ਨੇ ਜਿਹੜੇ ਸਿਹਤ ਮੰਤਰੀ ਨੇ, ਉਹ ਪਟਿਆਲੇ 'ਚ ਰਹਿਣਗੇ। ਡਾਕਟਰ ਬਲਜੀਤ ਕੌਰ ਜਿਹੜੇ ਅੱਖਾਂ ਦੇ ਮੰਨੇ ਪਰਮੰਨੇ ਡਾਕਟਰ ਨੇ, ਉਹਨਾਂ ਦੀ ਡਿਊਟੀ ਮੈਂ ਪਾਤੜਾਂ ਅਤੇ ਖਨੌਰੀ ਲਾਈ ਹੈ, ਕਿਉਂਕਿ ਜ਼ਿਆਦਾਤਰ ਕੇਸ ਜਿਹੜੇ ਨੇ ਟੀਅਰ ਗੈਸ ਕਰਕੇ, ਅਥਰੂ ਗੈਸ ਦੇ ਗੋਲਿਆਂ ਕਰਕੇ ਅੱਖਾਂ ਦੇ ਆ ਰਹੇ ਨੇ। ਉਹ ਕਿਉਂਕਿ ਮੰਤਰੀ ਨੇ, MLA ਨੇ, ਉਹ ਡਿਸੀਜਨ ਲੈ ਸਕਦੇ ਨੇ, DC ਨੂੰ ਆਰਡਰ ਕਰ ਸਕਦੇ ਨੇ, SDM ਨੂੰ ਆਰਡਰ ਕਰ ਸਕਦੇ ਨੇ, CMO ਨੂੰ, SMO ਨੂੰ ਆਰਡਰ ਕਰ ਸਕਦੇ ਆ। ਅਸੀਂ ਉਹ ਉੱਥੇ ਉਹਨਾਂ ਦੀ ਡਿਊਟੀ ਲਾਤੀ, ਤਾਂ ਕਿ ਇਸ ਕਰਕੇ ਕਿਸੇ ਕਿਸਾਨ ਦੀ ਜਾਂ ਕਿਸੇ ਨੌਜਵਾਨ ਦੀ ਕੋਈ ਕੈਜੂਅਲਟੀ ਨਾ ਹੋਵੇ, ਕੋਈ ਨੁਕਸਾਨ ਨਾ ਹੋਵੇ, ਕਿ ਉਹ ਟਾਈਮ 'ਤੇ ਸੰਭਾਲਿਆ ਨਹੀਂ ਗਿਆ।